ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ, ਅਤੇ ਅੱਜ ਦੇ ਵਲੌਗ ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਅਨਡਾਕੂਮੈਂਟਡ ਲੋਕ ਨੇ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ, ਜਾਂ ਜਿਹੜੇ ਉੱਥੇ ਜਾ ਕੇ ਇਨਲੀਗਲ ਹੋ ਜਾਂਦੇ ਨੇ ਉਹਨਾਂ ਵਾਸਤੇ, ਅਤੇ ਜਿਨ੍ਹਾਂ ਨੂੰ ਖਾਸ ਕਰਕੇ ਡਿਪੋਰਟ ਕਰਨ ਦੇ ਆਰਡਰ ਜਾਰੀ ਕੀਤੇ ਜਾ ਚੁੱਕੇ ਨੇ, ਪਰ ਉਹ ਰਿਮੂਵਲ ਆਰਡਰ ਤੋਂ ਬਾਅਦ ਵੀ ਹੁਣ ਤੱਕ ਕੰਟਰੀ ਛੱਡ ਕੇ ਨਹੀਂ ਗਏ, ਉਹਨਾਂ ਵਾਸਤੇ ਇੱਕ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਦੀ ਤਿਆਰੀ ਵਿੱਚ ਹੈ CBSE। ਕੈਨੇਡਾ ਦੇ ਵੱਲੋਂ ਇਹ ਇੱਕ ਨਵਾਂ ਕਹਿ ਸਕਦੇ ਹਾਂ ਕਿ ਐਪਲੀਕੇਸ਼ਨ ਲਾਂਚ ਕੀਤਾ ਜਾਵੇਗਾ, ਜਿਸ ਐਪਲੀਕੇਸ਼ਨ ਦੇ ਥਰੂ ਜਿਹੜੇ ਵੀ ਕੈਨੇਡਾ ਦੇ ਵਿੱਚ ਇਨਲੀਗਲ ਨੇ, ਜਿਨ੍ਹਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਹੋ ਚੁੱਕੇ ਨੇ ਪਰ ਉਹ ਕੰਟਰੀ ਛੱਡ ਕੇ ਨਹੀਂ ਜਾ ਰਹੇ, ਉਹਨਾਂ 'ਤੇ ਕਾਰਵਾਈ ਹੋਵੇਗੀ ਅਤੇ ਉਹਨਾਂ ਨੂੰ ਵਾਪਸ ਉਹਨਾਂ ਦੀ ਕੰਟਰੀ ਭੇਜਿਆ ਜਾਵੇਗਾ ਜਿਹੜੀ ਵੀ ਕੰਟਰੀ ਤੋਂ ਉਹ ਆਏ ਸੀਗੇ ਕੈਨੇਡਾ, ਅਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਨਲੀਗਲ ਹੋ ਗਏ ਜਾਂ ਕਿਸੇ ਕਾਰਨਵਸ ਵੀ ਉਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਹੋ ਗਏ ਪਰ ਉਹ ਕੰਟਰੀ ਛੱਡ ਕੇ ਨਹੀਂ ਗਏ। ਹੁਣ ਕੈਨੇਡੀਅਨ ਨੂੰ ਕੈਨੇਡਾ ਦੇ ਵਿੱਚ ਕੈਨੇਡਾ ਸਰਕਾਰ ਜਿਹੜੀ ਹੈ ਉਹ ਜਿਹੜੇ ਵੀ ਬਾਹਰੋਂ ਆਏ ਨੇ, ਜਿਹੜੇ ਵੀ ਇਮੀਗ੍ਰੈਂਟਸ ਨੇ, ਉਹਨਾਂ ਨੂੰ ਕਿੱਦਾਂ ਟਰੈਕ ਕਰਨ ਵਾਸਤੇ ਇੱਕ ਨਵੀਂ ਟੈਕਨੋਲੋਜੀ ਲੈ ਕੇ ਆ ਰਹੀ ਹੈ, ਜਿਸ ਦੇ ਵਿੱਚ CBSE ਦਾ ਕੰਮ ਬਹੁਤ ਘੱਟ ਜਾਵੇਗਾ ਅਤੇ ਇਸ ਟੈਕਨੋਲੋਜੀ ਤੋਂ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ। ਕੀ ਉਹ ਨਵੀਂ ਟੈਕਨੋਲੋਜੀ ਹੈ ਅਤੇ ਉਹਦੇ ਵਿੱਚ ਕਿਸ ਨੂੰ ਫਾਇਦਾ ਅਤੇ ਕਿਸ ਨੂੰ ਨੁਕਸਾਨ ਹੋਵੇਗਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੁਐਸਚਨ ਹੈ, ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਡ SOP ਛੱਪ ਚਾਹੁੰਦੇ ਹੋ, ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ ਇਹ ਅਮੇਰੀਕਾ ਦੀ ਇੱਕ ਕਹਿ ਸਕਦੇ ਹਾਂ ਕਿ ਕੰਪਨੀ ਦੀ ਟੈਕਨੋਲੋਜੀ ਦੇ ਉੱਤੇ ਆਧਾਰਿਤ ਹੈ, ਜਿਸ ਦਾ ਨਾਮ ਹੈ ਐਮਾਜ਼ੋਨ ਵੈਬ ਸਰਵਿਸਿਸ। ਦਰਅਸਲ ਇਸ ਕੰਪਨੀ ਦੀ ਟੈਕਨੋਲੋਜੀ 'ਤੇ ਆਧਾਰਿਤ ਇੱਕ ਨਵੀਂ ਟੈਕਨੋਲੋਜੀ ਯਾਨੀ ਕਿ ਇੱਕ ਐਪਲੀਕੇਸ਼ਨ ਲਾਂਚ ਕਰਨ ਜਾ ਰਿਹਾ, ਆਉਣ ਵਾਲੇ ਫਾਲ ਦੇ ਵਿੱਚ ਇਹ ਐਪਲੀਕੇਸ਼ਨ ਜਿਹੜਾ ਉਹ ਲਾਂਚ ਕਰ ਦਿੱਤਾ ਜਾਵੇਗਾ। ਇਸ ਦਾ ਬਕਾਇਦਾ ਤੌਰ 'ਤੇ ਜਿਹੜਾ ਇੱਕ ਆਰਟੀਕਲ ਪਬਲਿਕ ਕੀਤਾ ਗਿਆ ਹੈ, ਇਸ ਦੇ ਵਿੱਚ ਬਕਾਇਦਾ ਤੌਰ 'ਤੇ ਦੱਸਿਆ ਗਿਆ, ਰਿਪੋਰਟ ਇਨ ਨਾਮ ਦਾ ਇਹ ਐਪਲੀਕੇਸ਼ਨ ਹੋਵੇਗਾ ਜੋ ਤੁਹਾਡੇ ਸਮਾਰਟਫੋਨ ਦੇ ਰਾਹੀਂ ਤੁਹਾਨੂੰ ਟਰੈਕ ਕਰੇਗਾ ਕੈਨੇਡਾ ਦੇ ਵਿੱਚ। ਅਤੇ ਜਿਹੜੇ ਵੀ ਕੈਨੇਡਾ ਦੇ ਵਿੱਚ ਅਨਡਾਕੂਮੈਂਟਡ ਨੇ, ਖਾਸ ਕਰਕੇ ਉਹ ਜਿਨ੍ਹਾਂ ਨੂੰ ਰਿਮੂਵਲ ਆਰਡਰ ਹੋ ਚੁੱਕਾ ਹੈ, ਡਿਪੋਰਟੇਸ਼ਨ ਦਾ ਆਰਡਰ ਹੋ ਚੁੱਕਾ ਹੈ ਪਰ ਹੁਣ ਤੱਕ ਉਹ ਕੰਟਰੀ ਛੱਡ ਕੇ ਨਹੀਂ ਗਏ, ਉਹਨਾਂ ਵਾਸਤੇ ਇਹ ਕਹਿ ਸਕਦੇ ਟੈਕਨੋਲੋਜੀ ਲੈ ਕੇ ਆਈ ਗਏ। ਕਿਉਂਕਿ ਹਰ ਸਾਲ ਕੈਨੇਡਾ ਜੇਕਰ ਗੱਲ ਕਰੀਏ ਤਾਂ 2000 ਦੇ ਕਰੀਬ ਲੋਕਾਂ ਨੂੰ ਜਾਂ ਇਸ ਤੋਂ ਜ਼ਿਆਦਾ ਲੋਕਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਜਾਰੀ ਕਰਦਾ ਹੈ। ਸਾਲ 2021 ਦੇ ਅੰਕੜੇ ਨੇ ਜਿਸ ਦੇ ਹਿਸਾਬ ਦੇ ਨਾਲ 2000 ਲੋਕਾਂ ਨੂੰ ਡਿਪੋਰਟੇਸ਼ਨ ਦਾ ਆਰਡਰ ਕੀਤਾ ਗਿਆ, ਪਰ ਸਾਰੇ ਕੰਟਰੀ ਛੱਡ ਕੇ ਨਹੀਂ ਜਾਂਦੇ, ਕਈ ਡਿਪੋਰਟੇਸ਼ਨ ਦੇ ਆਰਡਰ ਤੋਂ ਬਾਅਦ ਵੀ ਕੈਨੇਡਾ ਵਿੱਚ ਲੋਕ ਲਗਾ ਕੇ ਕੰਮ ਕਰੀ ਜਾਂਦੇ ਹੈ, ਰਹੀ ਜਾਂਦੇ ਹੈ। ਹੁਣ ਇਹਦੇ ਵਾਸਤੇ ਜਿਹੜਾ ਐਪਲੀਕੇਸ਼ਨ ਲੈ ਕੇ ਆ ਰਹੀ ਹੈ CBSE, ਉਸ ਐਪਲੀਕੇਸ਼ਨ ਦੇ ਰਾਹੀਂ ਤੁਹਾਨੂੰ ਟਰੈਕ ਕੀਤਾ ਜਾਵੇਗਾ, ਅਤੇ ਇੱਥੋਂ ਤੱਕ ਟਰੈਕ ਕੀਤਾ ਜਾਵੇਗਾ, ਤੁਸੀਂ ਸਕਰੀਨ 'ਤੇ ਦੇਖੋ ਜਿਸ ਦੇ ਵਿੱਚ ਮੈਂ ਪ੍ਰੋਪਰ ਪੂਰਾ ਆਰਟੀਕਲ ਜਿਹੜਾ ਉਹ ਸ਼ੋਅ ਕੀਤਾ, ਓਟਾਵਾ ਤੋਂ ਇਹ ਖਬਰ ਛਪੀ ਹੈ। ਇਸ ਦੇ ਵਿੱਚ ਬਕਾਇਦਾ ਤੌਰ 'ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਹੈ ਉਹ ਪਲਾਨ ਕਰ ਰਹੀ ਹੈ ਇੰਪਲੀਮੈਂਟ ਕਰਨ ਵਾਸਤੇ ਇੱਕ ਐਪਲੀਕੇਸ਼ਨ ਜਿਹੜਾ ਕਿ ਤੁਹਾਡੇ ਫੇਸ ਨੂੰ ਰੀਡ ਕਰ ਸਕੇਗਾ, ਤੁਹਾਡਾ ਫੇਸ ਜਿਹੜਾ ਉਹਨੂੰ ਆਈਡੈਂਟੀਫਾਈ ਕਰ ਸਕੇਗਾ। ਤੁਹਾਡੇ ਫੇਸ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ
ਤੁਹਾਨੂੰ ਟਰੈਕ ਕਰਨਾ ਸ਼ੁਰੂ ਕਰ ਦੇਵੇਗਾ ਇਹ ਐਪਲੀਕੇਸ਼ਨ, ਤੇ ਇਹਦਾ ਜਿਹੜਾ ਕਹਿ ਸਕਦੇ ਡੇਟਾ ਹੈ ਉਹ CBSA ਆਫਿਸ ਜਿਹੜਾ ਵਾ ਉਹ ਜਾਂਦਾ ਰਹੇਗਾ। CBSA ਨੂੰ ਇਸ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਬਾਰੇ ਉਹ ਟਾਈਮ ਟੂ ਟਾਈਮ ਹੁੰਦੀ ਰਹੇਗੀ। ਇਹਦੇ ਰਾਹੀਂ ਜਿਹੜਾ ਉਸ ਪਰਸਨ ਨੂੰ ਜਿਹੜਾ ਵਾ ਇੱਥੋਂ ਤੱਕ ਟਰੈਕ ਕੀਤਾ ਜਾਵੇਗਾ ਕਿ ਉਹ ਕਿੱਥੇ ਰਹਿੰਦਾ, ਉਹਦਾ ਐਡਰੈਸ ਟਰੈਕ ਹੋ ਜਾਵੇਗਾ, ਇੰਪਲੋਇਮੈਂਟ ਟਰੈਕ ਹੋ ਜਾਵੇਗੀ, ਫੈਮਿਲੀ ਸਟੇਟਸ ਟਰੈਕ ਹੋ ਜਾਵੇਗਾ, ਅਤੇ ਹੋਰ ਜੋ ਵੀ ਉਹਦੀਆਂ ਡੇਲੀ ਰੂਟੀਨਸ ਨੇ ਉਹ ਸਾਰੀਆਂ ਟਰੈਕ ਹੋ ਸਕਣਗੀਆਂ। ਦਰਅਸਲ ਇਹ ਇੱਕ GPS ਸਿਸਟਮ ਹੈ ਜੋ ਕਹਿ ਸਕਦਾ ਕਿ ਤੁਹਾਡੇ GPS ਦੇ ਰਾਹੀਂ ਤੁਹਾਡੀ ਲੋਕੇਸ਼ਨ ਜਿਹੜੀ ਆ ਉਹਨੂੰ ਟਾਈਮ ਟੂ ਟਾਈਮ ਜਿਹੜਾ ਹੈ ਉਹ ਟਰੈਕ ਕਰਦਾ ਰਹੇਗਾ। CBSA ਦੇ ਵੱਲੋਂ ਇਹ ਜਿਹੜਾ ਹੈ ਉਹ ਆਉਣ ਵਾਲੇ ਕਹਿ ਸਕਦੇ ਫਾਲ ਦੇ ਵਿੱਚ ਇਹਨੂੰ ਲਾਂਚ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਜਿਹੜਾ ਇਹ ਨਵਾਂ ਐਪਲੀਕੇਸ਼ਨ ਆ ਰਿਹਾ ਹੈ ਇਹ ਐਪਲੀਕੇਸ਼ਨ ਜਿਹੜਾ ਵਾ ਉਹ ਕਿੱਦਾਂ ਤੁਹਾਨੂੰ ਇੰਪੈਕਟ ਕਰੇਗਾ। ਇਹ ਦਰਅਸਲ ਜਿਹੜੇ ਤੁਸੀਂ ਬਾਇਓਮੈਟ੍ਰਿਕ ਯੂਜ਼ ਕਰਦੇ ਹੋ, ਜਿਸ ਤਰ੍ਹਾਂ ਮਤਲਬ ਫੋਨ ਦੇ ਵਿੱਚ ਕਈ ਲੌਕ ਲਾਇਆ ਹੁੰਦਾ ਬਾਇਓਮੈਟ੍ਰਿਕ ਰਾਹੀਂ ਓਪਨ ਹੁੰਦਾ ਲੌਕ, ਉਹਦੇ ਥਰੂ ਤੁਹਾਨੂੰ ਆਇਡੈਂਟੀਫਾਈ ਕਰੇਗਾ ਤੁਹਾਡੀ ਜਿਹੜੀ ਕਹਿ ਸਕਦੇ ਆ ਕਿ ਚਿਹਰਾ ਜਾਂ ਤੁਹਾਡੀ ਜਿਹੜੀ ਆਇਡੈਂਟੀਟੀ ਆ ਉਹਨੂੰ ਕਲੈਕਟ ਕਰੇਗਾ ਉਹਦਾ ਡੇਟਾ, ਅਤੇ ਨਾਲ ਹੀ ਤੁਹਾਡੇ ਫੇਸ ਰੀਡਿੰਗ ਤੋਂ ਯਾਨੀ ਕਿ ਤੁਹਾਡੇ ਫੇਸ ਤੋਂ ਜਿਹੜਾ ਵਾ ਉਹ ਤੁਹਾਡੀ ਅਸੈਸਮੈਂਟ ਕਰ ਪਾਵੇਗਾ ਕਿ ਆਖਿਰ ਤੁਸੀਂ ਕੌਣ ਹੋ, ਤੁਹਾਡੀ ਆਇਡੈਂਟੀਟੀ ਜਿਹੜੀ ਹੈ ਉਹ ਇਹਨੂੰ ਮਿਲ ਪਾਵੇਗੀ। ਉਸ ਤੋਂ ਬਾਅਦ ਇੰਨਾ ਹੀ ਨਹੀਂ, ਤੁਹਾਡਾ ਫੇਸ ਜੇਕਰ ਮੈਚ ਨਹੀਂ ਵੀ ਹੁੰਦਾ ਤਾਂ ਵਧੀਆ ਗੱਲ ਇਹ ਹੈ ਕਿ ਤੁਹਾਡਾ ਕੇਸ ਜਿਹੜਾ ਵਾ ਉਹਨੂੰ ਇਨਵੈਸਟੀਗੇਟ ਕੀਤਾ ਜਾਵੇਗਾ, ਯਾਨੀ ਕਿ ਜਦੋਂ ਤੁਹਾਡਾ ਫੇਸ ਜਿਹੜਾ ਵਾ ਜਾਂ ਫਿਰ ਤੁਹਾਡੀ ਆਇਡੈਂਟੀਟੀ ਜਿਹੜੀ ਹੈ ਉਹ ਇਸ ਐਪਲੀਕੇਸ਼ਨ ਨੂੰ ਪਤਾ ਲੱਗ ਗਈ ਅਤੇ ਪਤਾ ਲੱਗਾ ਕਿ ਤੁਹਾਨੂੰ ਰਿਮੂਵਲ ਦੇ ਆਰਡਰ ਜਾਂ ਡੈਪੋਟੇਸ਼ਨ ਦੇ ਆਰਡਰ ਹੋਏ ਆ, ਤੁਸੀਂ ਦੇਸ਼ ਛੱਡ ਕੇ ਨਹੀਂ ਗਏ, ਤਾਂ ਕੀ ਹੋਵੇਗਾ ਕਿ ਤੁਹਾਡੇ 'ਤੇ ਫਿਰ ਕਾਰਵਾਈ ਹੋਵੇਗੀ। ਫਿਰ ਐਪਲੀਕੇਸ਼ਨ ਜਿਹੜਾ ਜਦੋਂ ਸਾਰਾ ਡੇਟਾ ਜਿਹੜਾ CBSA ਆਫਿਸ ਨੂੰ ਭੇਜੇਗਾ ਉੱਥੇ ਜਦੋਂ ਜਾਣਕਾਰੀ ਤੁਹਾਡੀ ਮੈਚ ਹੋਵੇਗੀ ਤਾਂ ਉਹਦੇ ਥਰੂ ਜਿਹੜਾ ਹੈ ਫਿਰ ਤੁਹਾਨੂੰ CBSA ਦੇ ਅਧਿਕਾਰੀ ਜਿਹੜੇ ਆ ਉਹ ਕੰਟੈਕਟ ਕਰਨਗੇ ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਨੈਕਸਟ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ। ਉਸ ਤੋਂ ਬਾਅਦ ਇੱਕ ਚੀਜ਼ ਇਹਦੇ ਵਿੱਚ ਹੋਰ ਜਿਹੜੀ ਮੈਨੂੰ ਠੀਕ ਲੱਗੀ ਕਿ ਕੈਨੇਡਾ ਸਰਕਾਰ ਨੇ ਇਹਨੂੰ ਲਾਂਚ ਕਰਨ ਤੋਂ ਪਹਿਲਾਂ ਇੱਕ ਡਿਸੀਜਨ ਜ਼ਰੂਰ ਲਿਆ ਕਿ ਕਈ ਵਾਰੀ ਕਿਉਂਕਿ ਜਿਹੜੀਆਂ ਟੈਕਨੋਲੋਜੀ ਬੇਸਡ ਚੀਜ਼ਾਂ ਹੁੰਦੀਆਂ ਨੇ ਜਾਂ ਕਹਿ ਸਕਦੇ ਹੋ ਕਿ ਖਾਸ ਕਰਕੇ ਜਿਹੜੀਆਂ ਇਲੈਕਟ੍ਰੋਨਿਕ ਜਾਂ ਟੈਕਨੋਲੋਜੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ, ਕਈ ਉਹਦੇ ਲੂਪ ਹੋਲ ਵੀ ਹੁੰਦੇ ਆ, ਅਤੇ ਜੇਕਰ ਉਹਦਾ ਕੋਈ ਇਦਾਂ ਦਾ ਹੁੰਦਾ ਹੈ ਕਿ ਕਿਸੇ ਦੀ ਗਲਤ ਆਇਡੈਂਟੀਟੀ ਮਿਲ ਗਈ ਕਿਸੇ ਨੂੰ ਜਾਂ ਕਿਸੇ ਦਾ ਗਲਤ ਕੋਈ ਬੰਦਾ ਇਸ ਜਾਲ 'ਚ ਫਸ ਗਿਆ, ਤਾਂ ਬਕਾਇਦਾ ਤੌਰ 'ਤੇ ਇਹਦੇ ਜਿਹੜੇ ਆ ਉਹ ਰਿਮੂਵਲ ਆਰਡਰ ਜਿਹੜੇ ਆ ਹੋਏ ਆ ਜਾਂ ਨਹੀਂ ਹੋਏ ਜਾਂ ਤੁਹਾਡਾ ਕੇਸ ਕੀ ਹੈ ਉਹ ਦਰਅਸਲ ਇਹ ਇੱਦਾਂ ਨਹੀਂ ਜੱਜ ਹੋਏਗਾ, ਉਹਨੂੰ ਬਕਾਇਦਾ ਤੌਰ ਦੇ ਉੱਤੇ ਇੱਕ ਹਿਊਮਨ ਯਾਨੀ ਕਿ ਇੱਕ ਵੀਜ਼ਾ ਆਫੀਸਰ ਜਾਂ ਕਹਿ ਸਕਦੇ ਹੋ CBSA ਦਾ ਅਧਿਕਾਰੀ ਪ੍ਰੋਪਰ ਢੰਗ ਦੇ ਨਾਲ ਚੈੱਕ ਕਰੇਗਾ। ਚੈੱਕ ਕਰਨ ਤੋਂ ਬਾਅਦ ਹੀ ਤੁਹਾਡਾ ਜਿਹੜਾ ਕੇਸ ਹੈ ਉਹਨੂੰ ਫਰਦਰ ਜਿਹੜਾ ਹੈ ਉਹ ਇਨਵੈਸਟੀਗੇਟ ਕੀਤਾ ਜਾਵੇਗਾ, ਅਤੇ ਜੇਕਰ ਤੁਸੀਂ ਉਹਦੇ ਵਿੱਚ ਸਹੀ ਪਾਏ ਜਾਂਦੇ ਹੋ ਤਾਂ ਤੁਹਾਡੇ 'ਤੇ ਕਾਰਵਾਈ ਨਹੀਂ ਹੋਵੇਗੀ, ਪਰ ਜੇ ਗਲਤ ਪਾਏ ਜਾਂਦੇ ਹੋ ਤਾਂ ਤੁਹਾਨੂੰ ਰਿਪੋਰਟ ਜਿਹੜਾ ਉਹ ਕਰ ਦਿੱਤਾ ਜਾਵੇਗਾ। ਸੋ ਇਹ ਇੱਕ ਨਵਾਂ ਐਪਲੀਕੇਸ਼ਨ ਹੈ, ਰਿਪੋਰਟ ਇਨ ਇਹਦਾ ਨਾਮ ਹੈ, ਅਤੇ ਐਪਲੀਕੇਸ਼ਨ ਬਹੁਤ ਜਲਦ ਜਿਹੜਾ ਉਹ ਲਾਂਚ ਹੋਣ ਜਾ ਰਿਹਾ ਹੈ, ਅਤੇ ਇਹਦੇ ਥਰੂ ਕੈਨੇਡਾ ਜਿਹੜੀ ਹੈ ਉਹ ਤੁਹਾਡੇ ਉੱਤੇ ਹੁਣ ਕੈਨੇਡਾ ਸਰਕਾਰ ਜਿਹੜੀ ਹੈ ਉਹ ਨਜ਼ਰ ਰੱਖੇਗੀ, ਅਤੇ CBSA ਦੇ ਅਧਿਕਾਰੀ ਜਿਨ੍ਹਾਂ ਨੂੰ ਵੀ ਡੈਪੋਟੇਸ਼ਨ ਦੇ ਆਰਡਰ ਹੋਏ ਨੇ ਜਿਹੜੇ ਇਨਲੀਗਲ ਨੇ ਖਾਸ ਕਰਕੇ ਆਊਟ ਆਫ ਸਟੇਟਸ ਨੇ ਉਹਨਾਂ ਨੂੰ ਲੈ ਕੇ ਇਹ ਕਹਿ ਸਕਦਾ ਕਿ ਆਪਣੇ ਆਪ ਦੇ ਵਿੱਚ ਕਿਸੇ ਚੇਤਾਵਨੀ ਤੋਂ ਘੱਟ ਨਹੀਂ ਹੈਗਾ। ਸੋ ਉਮੀਦ ਕਰਦਾ ਹੈ ਕਿ ਵਲੌਗ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ, ਟਿਪਸ ਨੋਟ SOP ਛਕ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।